ਤੇ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਕਰਦਾ ਹਾਰਦਿਕ ਸਵਾਗਤ ਸਾਡੇ ਪ੍ਰੋਗਰਾਮ ਦਾ ਇਹ ਮਕਸਦ ਹੈ ਕਿ ਤੁਹਾਨੂੰ ਐਜੂਕੇਟ ਕਰਨਾ ਇਨਫੋਰਮ ਕਰਨਾ ਤਾਂ ਕਿ ਤੁਸੀਂ ਇਮਪਾਵਰ ਹੋ ਸਕੇ ਅਤੇ ਸਹੀ ਫੈਸਲੇ ਲੈ ਸਕੋ ਇਸ ਦੇ ਤਹਿਤ ਤੁਹਾਡੇ ਨਾਲ ਜਿੱਥੇ ਅਸੀਂ ਪੋਲਿਟਿਕਸ ਇਕਨੋਮਿਕਸ ਸਪੋਰਟਸ ਲਾਈਫਸਟਾਈਲ ਜਾਂ ਫਿਰ ਕਮਿਊਨਿਟੀ ਦੇ ਵਿੱਚ ਜਿਹੜੇ ਉਹ ਲੋਕਾਂ ਨੇ ਕੁਝ ਚੰਗਾ ਕੀਤਾ ਉਹਨਾਂ ਨੂੰ ਲੈ ਕੇ ਆਨੇ ਆ ਉਸ ਤੋਂ ਇਲਾਵਾ ਹਰ ਰੋਜ਼ ਸਪਿਰਚੁਅਲਿਟੀ ਉੱਤੇ ਵੀ ਡਿਸਕਸ਼ਨ ਕਰਦੇ ਆ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸਾਨੂੰ ਬੜਾ ਮਾਣ ਹੈ ਕਿ ਇਹਨਾਂ ਵਿੱਚ ਕਿ ਕਲਾ ਪ੍ਰੋਗਰਾਮ ਹੈ ਉੱਤਰੀ ਅਮਰੀਕਾ ਦਾ ਜਿਸ ਵਿੱਚ ਕਿ ਹਰ ਰੋਜ਼ ਇਹ ਡਿਸਕਸ਼ਨਸ ਹੁੰਦੀਆਂ ਨੇ ਕਮਿਊਨਿਟੀ ਦੇ ਵਿੱਚ ਉਹ ਸਖਸੀਅਤਾਂ ਜਿਨ੍ਹਾਂ ਨੇ ਕਿ ਕਾਮਯਾਬੀ ਹਾਸਲ ਕੀਤੀ ਕਿਸੇ ਵੀ ਫੀਲਡ ਵਿੱਚ ਉਹਨਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਆ ਅੱਜ ਇੱਕ ਐਸੀ ਹੀ ਸ਼ਖਸੀਅਤ ਮੁਲਾਕਾਤ ਕਰਵਾਉਣ ਜਾ ਰਹੇ ਆ ਗ ਗੁਰਮਨ ਸਿੰਘ ਘਰਵਾਲ ਨਾਲ ਬਹੁਤ ਸਾਰੇ ਐਕੋਲੇਡਸ ਜੁੜੇ ਹੋਏ ਨੇ ਬਹੁਤ ਸਾਰੇ ਐਜ਼ ਅ ਮੈਂਬਰ ਆਫ ਪਾਰਲੀਮੈਂਟ ਇਹਨਾਂ ਨੇ ਕੰਮ ਕੀਤੇ ਜਿਹੜੇ ਕਿ ਕਮਿਊਨਿਟੀ ਵਿੱਚ ਕਦੀ ਪਹਿਲਾਂ ਨਹੀਂ ਹੋਏ ਸਨ ਉਹ ਭਾਵੇਂ ਗੱਲ ਹੋਏ ਫੋਰਨ ਕ੍ਰੈਡੈਂਸ਼ੀਅਲਸ ਦੀ ਪੰਜ ਕਕਾਰਾਂ ਦੀ ਜਾਂ ਫਿਰ ਉਹ ਮੁੱਦੇ ਜਿਨ੍ਹਾਂ ਦੇ ਉੱਤੇ ਕਦੀ ਵੀ ਡਿਸਕਸ਼ਨ ਨਹੀਂ ਹੋਈ ਸੀ ਪਾਰਲੀਮੈਂਟ ਵਿੱਚ ਇਹਨਾਂ ਨੇ ਉਹਨਾਂ ਨੂੰ ਅੱਗੇ ਲਿਆਂਦਾ ਤਕਰੀਬਨ 50 ਸਪੀਚਸ ਇਹਨਾਂ ਨੇ ਪਾਰਲੀਮੈਂਟ ਵਿੱਚ ਜਿਹੜੇ ਬਿਲਸ ਨੇ ਉਹ ਲਿਆਂਦੇ ਤੇ ਸਪੀਚਸ ਤੇ ਬਹੁਤ ਹਜ਼ਾਰਾਂ ਹੀ ਸਨ ਲੇਕਿਨ ਉਸ ਤੋਂ ਇਲਾਵਾ ਇਹ ਡਿਪਟੀ ਲੀਡਰ ਆਫ ਦਾ ਹਾਊਸ ਜੋ ਵੀ ਇਹਨਾਂ ਨੇ ਕੰਮ ਕੀਤਾ ਦੇ ਨਾਲ ਹੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਇਹਨਾਂ ਨੂੰ ਆਇਰਨ ਮੈਨ ਵਜੋਂ ਇਹ ਇੱਕ ਆਨਰ ਇਫਿਕ ਦਿੱਤਾ ਸੀ ਸਾਨੂੰ ਬੜਾ ਮਾਣ ਹੈ ਕਿ ਜਿੱਥੇ ਇਹਨਾਂ ਨੇ ਪੋਲਿਟੀਕਲ ਸਟੈਂਡ 'ਚ ਅਸੀਂ ਬੜੀ ਕਾਮਯਾਬੀ ਨਾਲ ਉਸ ਵਿੱਚ ਕੰਮ ਕੀਤਾ ਹੁਣ ਇਹ ਐਜੂਕੇਸ਼ਨਲ ਫੀਲਡ ਅਤੇ ਉਸ ਤੋਂ ਇਲਾਵਾ ਕਮਿਊਨਿਟੀ ਇਸ਼ੂਜ਼ ਵਿੱਚ ਵੀ ਅੱਗੇ ਆ ਰਹੇ ਨੇ ਆ ਉਸੇ ਸੰਬੰਧ ਵਿੱਚ ਇਹਨਾਂ ਦੀ ਕਾਮਯਾਬੀਆਂ ਜਿਹੜੀਆਂ ਕਿ ਪੋਲਿਟੀਕਲ ਲੈਵਲ ਦੇ ਸਨ ਉਸ ਤੋਂ ਹਟ ਕੇ ਇੰਡੀਵਿਜੂਅਲ ਲੈਵਲ ਤੇ ਜੋ ਕੁਝ ਕਰ ਰਹੇ ਨੇ ਕਮਿਊਨਿਟੀ ਵਾਸਤੇ ਤੇ ਨਾਲ ਆਪ ਅੱਗੇ ਕੀ ਕੁਝ ਲਿਆ ਰਹੇ ਨੇ ਉਸ ਸੰਬੰਧ ਵਿੱਚ ਤੁਹਾਨੂੰ ਅੱਜ ਜੋੜਦੇ ਆਂ ਸਵਾਗਤ ਕਰਦੇ ਹਾਂ ਗੁਰਮント ਗਰੇਵਾਲਾ ਜੀ ਹਨਜੀ ਵੈਲਕਮ ਟੂ ਦਾ ਥੈਂਕ ਯੂ ਥਰੋ ਮੱਚ ਸਤਸ਼ਿਕਾ ਜੀ ਸਤਸ਼ਿਕਾ ਜੀ ਸੋ ਗੁਰਮント ਜੀ ਸਭ ਤੋਂ ਪਹਿਲਾਂ ਤਾਂ ਪੋਲਿਟਿਕਸ ਵਿੱਚ ਜਿੱਥੇ ਕਿੜੀਆਂ ਕਾਮਯਾਬੀਆਂ ਹਾਸਲ ਕੀਤੀਆਂ ਕੁਝ ਰਹਿ ਗਿਆ ਹੋਣ ਤਾਂ ਐਡ ਕਰ ਦਿਓ ਤੇ ਉਸ ਤੋਂ ਇਲਾਵਾ ਤੁਸੀਂ ਹੁਣ ਐਜੂਕੇਸ਼ਨਲ ਪੱਖ ਵੱਲ ਥੋੜਾ ਜਿਹਾ ਧਿਆਨ ਦਿੱਤਾ ਉਹਦੇ ਸੰਬੰਧ ਵਿੱਚ ਦੱਸੋ ਕਿ ਹਾਲ ਹੀ ਵਿੱਚ ਤੁਹਾਨੂੰ ਪੀ ਐਚ ਡੀ ਦੀ ਡਿਗਰੀ ਵੀ ਮਿਲੀ ਨਾਲੇ ਕੁਝ ਅਵਾਰਡਸ ਨਾਲ ਵੀ ਸਨਮਾਨਿਤ ਕੀਤਾ ਗਿਆ ਉਹ ਅ ਵੈਰੀ ਕੁਇਕਲੀ ਅਬਾਊਟ ਐਜੂਕੇਸ਼ਨ ਮੈਂ ਇੱਕ ਯੂਨੀਵਰਸਿਟੀ ਐਸਟੈਬਲਿਸ਼ ਕਰਨ ਦੇ ਵਿੱਚ ਲੀਡ ਲੈ ਰਿਹਾ ਹੂੰ ਉਹ ਯੂਨੀਵਰਸਿਟੀ ਜਿਹੜੀ ਉਹਦੇ ਵਿੱਚ ਤਿੰਨ ਸਕੂਲ ਨੇ ਸਕੂਲ ਆਫ ਲੀਡਰਸ਼ਿਪ ਸਕੂਲ ਆਫ ਡਿਪਲੋਮੇਸੀ ਤੇ ਸਕੂਲ ਆਫ ਲੈਂਗੁਏਜ ਇਹ ਵਰਲਡ ਦਾ ਪਹਿਲਾ ਇੰਸਟੀਟਿਊਸ਼ਨ ਹੋਊਗਾ ਜਿਹਦੇ ਵਿੱਚ ਮਾਸਟਰਸ ਤੇ ਡਾਕਟੋਰੇਟ ਡਿਗਰੀਜ਼ ਇਨ ਲੀਡਰਸ਼ਿਪ ওকে ਐਸ ਵੈਲ ਐਜ਼ ਇਨ ਡਿਪਲੋਮੇਸੀ ਦਿੱਤੇ ਜਾਣ ਗਿਆ ਇਹਦੇ ਵਿੱਚ ਹਾਰਵਰਡ ਨਾਲ ਕੋਲੈਬੋਰੇਸ਼ਨ ਤੇ ਕੇਮਬ੍ਰਿਜ ਯੂਨੀਵਰਸਿਟੀ ਨਾਲ ਕੋਲੈਬੋਰੇਸ਼ਨ ਸੋ ਇਟ ਵਿਲ ਬੀ ਅ ਇੰਟਰਨੈਸ਼ਨਲ ਇੰਸਟੀਟਿਊਸ਼ਨ ਇਨ ਨੋਨ ਇੰਟਰਨੈਸ਼ਨਲ ਇੰਸਟੀਟਿਊਸ਼ਨ ਜਿੱਤੇ ਤੱਕ ਮੇਰੀ ਪੀ ਐਚ ਡੀ ਦਾ ਕੁਐਸਚਨ ਹੈ ਜੀ ਮੈਂ ਬੜਾ ਹੰਬਲੀ ਇਹ ਆਨਰ ਐਕਸੈਪਟ ਕੀਤਾ ਜੀ ਕਿਉਂਕਿ ਬਹੁਤ ਰੇਅਰਲੀ ਅਦਾ ਹੁੰਦਾ ਹੈ ਕਿ ਅਪਾਇੰਟ ਇੰਡੀਆ ਤੋਂ ਆਏ ਆ ਸਾਰੇ ਕੈਨੇਡਾ ਦੇ ਵਿੱਚੋਂ ਇਹਨਾਂ ਕਿ ਤੀਸਰਾ ਕੰਟਰੀ ਕਦੇ ਕੋਈ ਸਾਨੂੰ ਰੈਕਗਨਾਈਜ਼ ਕਰੇ ਸਾਡੀ ਕੰਟ੍ਰਿਬਿਊਸ਼ਨਸ ਜਾਂ ਕੰਪਲੀਸ਼ਮੈਂਟਸ ਨੂੰ ਜੀ ਜਾਰ ਡਾਕਟਰ ਆਫ ਫਲਸਫੀ ਇਨ ਪੋਲਿਟੀਕਲ ਸਾਇੰਸ ਐਂਡ ਡਿਪਲੋਮੇਸੀ ਆਨਰਸ ਕਾਲ ਦਾ 8 ਡਿਗਰੀ ਦਿੱਤੀ ਹੈ ਤੇ ਮੈਂ ਇਹਨੂੰ ਬੜਾ ਹੰਬਲੀ ਐਕਸੈਪਟ ਕਰਦਾ ਬਾਤ ਖੂਬ ਤੇ ਜਿਹੜੀ ਤੁਸੀਂ ਯੂਨੀਵਰਸਿਟੀ ਦੀ ਗੱਲ ਕੀਤੀ ਹੈ ਇਹ ਕਿੱਥੇ ਸਟੈਬਲਿਸ਼ ਹੋ ਰਹੀ ਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੁੱਖ ਮਕਸਦ ਜਿਹੜਾ ਹੈ ਇਹ ਉਹਨਾਂ ਟਾਪਿਕਸ ਨੂੰ ਤੁਸੀਂ ਕਵਰ ਕਰੋ ਜਿਹੜੇ ਕਿ ਕਿਤੇ ਹੋਰ ਨਹੀਂ ਹੁੰਦੇਗੇ ਤੇ ਇਹਦਾ ਕੀ ਬੈਨੀਫਿਟ ਕੀ ਹੋਏਗਾ ਦੇਖੋ ਇਹ ਜਿਹੜਾ ਇੰਸਟੀਟਿਊਸ਼ਨ ਇਹ ਬ੍ਰਿਟਿਸ਼ ਕਲੰਬੀਆ ਦੇ ਵਿੱਚ ਸਟੈਬਲਿਸ਼ ਹੋਏਗਾ ਜੀ ਅਸੀਂ ਪ੍ਰੋਸੈਸ ਦੇ ਵਿੱਚ ਦੀ ਲੰਘ ਰਹੇ ਹਾਂ ਹਮ ਹਮ ਤੇ ਇਹਦੇ ਐਕਚੁਅਲੀ ਦੇਖੋ ਅੱਜ ਤੋਂ ਕੁਝ ਸਾਲ ਪਹਿਲਾਂ ਐਮਬੀਏ ਦੇ ਉੱਤੇ ਬਹੁਤ ਜ਼ਿਆਦਾ ਐਮਫਸਿਸ ਕੀਤਾ ਜਾਂਦਾ ਸੀਗਾ 40 ਸਾਲ ਤੋਂ ਪਿਛਲੇ ਤੋਂ ਰਾਈਟ ਤੇ ਪਰ ਐਮਬੀਏਸ ਵਾਰ ਏਬਲ ਟੂ ਪ੍ਰੋਡਿਊਸ ਮੈਨੇਜਰਸ ਰਾਈਟ ਮੇਰੇ ਕੋਲ ਵੀ ਐਮਬੀਏ ਡਿਗਰੀ ਹੈਗੀ ਹੈ ਐਂਡ ਆਈ ਵਾਸ ਆਲਸੋ ਮੈਨੇਜਰ ਵਿਦ ਸੀਨੀਅਰ ਕਾਰਪੋਰੇਸ਼ਨਸ ਜੀ ਅੱਛਾ ਜਿਹੜਾ ਅਜੋਕਾ ਸਮਾਂ ਚੱਲ ਰਿਹਾ ਇਹਦੇ ਵਿੱਚ ਲੀਡਰਸ਼ਿਪ ਦੀ ਜ਼ਿਆਦਾ ਜ਼ਰੂਰਤ ਹੈ ਜਿਹੜੇ ਮੈਨੇਜਰਸ ਨੇ ਦੇ ਕੈਨ ਮੈਨੇਜ ਪਰ ਦੇ ਕੈਨਟ ਲੀਡ ਹਾਂ ਦੇ ਕੈਨ ਲੀਡ ਬਟ ਨਾਟ ਫਾਰਮਲੀ ਜੀ ਤੇ ਜਿਹੜਾ ਲੀਡਰਸ਼ਿਪ ਦਾ ਕਨਸੈਪਟ ਆ ਇਹ ਇਹ ਆਉਣ ਵਾਲੇ 10-15 ਸਾਲਾਂ ਦੇ ਵਿੱਚ ਇਹਦੀ ਜਿਆਦਾ ਲੋਡ ਪੈਣੀ ਹੈ ਸੋ ਉਹਨੂੰ ਮੁੱਖ ਰੱਖ ਕੇ ਉਹਦੇ ਲਈ ਕੀਤਾ ਗਿਆ ਤੇ ਪਲੱਸ ਜਿਹੜਾ ਵਰਲਡ ਦਾ ਓਵਰਆਲ ਇਸ ਵੇਲੇ ਰੂਪਰੇਖਾ ਬਦਲ ਰਹੀ ਹੈ ਰਾਈਟ ਐਲਾਈਡ ਕਨਸੈਪਟ ਚੱਲ ਰਿਹਾ ਹੈ ਲੀਡਰਸ਼ਿਪ ਦੀ ਜਿਆਦਾ ਲੋਡ ਹੈ ਡਿਪਲੋਮੇਸੀ ਦੀ ਜਿਆਦਾ ਲੋਡ ਹੈ ਉਹਦੇ ਲਈ ਜਿਹੜੀ ਡਿਗਰੀ ਇਨ ਡਿਪਲੋਮੇਸੀ मास्टर्स एंड डॉक्टरेट ओदी भी काफी जरूरत ਪੈਣੀ ਹੈ ਵਰਲਡ ਚ ਬਹੁਤ ਖੂਬ ਤੇ ਉਹਦੇ ਵਿੱਚ ਆਪਣੇ ਭਾਈਚਾਰੇ ਦੇ ਲੋਕ ਵੀ ਇਸ ਦਾ ਬੈਨੀਫਿਟ ਲੈ ਸਕਣ। ਬਹੁਤ ਖੂਬ। ਗੱਲ ਕਰੀਏ ਜੀ ਕਿ ਯੂ हैव बीन ਸਿਲੈਕਟਡ ਐਸ ਦ ਵਰਲਡਸ ਮੋਸਟ ਪ੍ਰੋਮਿਨੈਂਟ 100 ਸਿੱਖਸ ਜਿਹੜੇ ਇੱਕ ਆਰਗੇਨਾਈਜੇਸ਼ਨ ਇੰਗਲੈਂਡ ਵਿੱਚ ਹੈਗੀ ਉਹਦੇ ਵਿੱਚ ਦ ਸਿੱਖ 100.com ਉਹਨਾਂ ਵੱਲੋਂ ਤੁਹਾਨੂੰ 28ਵੇਂ ਨੰਬਰ ਦੇ ਉੱਤੇ ਸਿਲੈਕਟ ਕੀਤਾ ਗਿਆ ਐਸ ਦ ਮੋਸਟ ਇਨਫਲੂਐਂਸ਼ੀਅਲ ਸਿੱਖ। ਇਹਦੇ ਸੰਬੰਧ ਵਿੱਚ ਇਸ OK ਆਰਗੇਨਾਈਜੇਸ਼ਨ ਹੈ ਕਿ ਇਹ on what ਬੇਸਿਸ ਤੁਹਾਨੂੰ ਰੈਕਗਨੀਸ਼ਨ ਮਿਲੀ? ਦੇਖੋ ਇਹ ਜਿਹੜੀ ਆਰਗੇਨਾਈਜੇਸ਼ਨ ਆ ਇਹਨਾਂ ਨੇ 3 ਤੀਸਰਾ ਐਨੂਅ ਵਰਲਡ ਸਿਕਅਵਾਰਡ ਲੰਡਨ ਦੇ ਵਿੱਚ ਕੀਤਾ ਤੇ ਉਹਦੇ ਵਿੱਚ ਕਾਫੀ ਪ੍ਰੋਮਿਨੈਂਟ ਹਸਤੀਆਂ ਦੁਨੀਆ ਪਰਚੋਂ ਸੱਦੀਆਂ ਗਈਆਂ ਜੀ ਜਿਹੜੇ 900 ਦੇ ਕਰੀਬ ਲੋਕ ਹਾਲ ਦੇ ਵਿੱਚ ਭਰੇ ਸੀ ਉਹਨਾਂ ਦੀ ਨੈਟਵਰਥ 17 ਬਿਲੀਅਨ ਡਾਲਰ ਸੀ ਬਿਲੀਅਨ ਪਾਉਂਡ ਸੋਰੀ ਅੱਛਾ ਜੀ 17 ਬਿਲੀਅਨ ਪਾਉਂਡ ਮੇਰਾ ਨਹੀਂ ਖਿਆਲ ਕਿ ਮੈਂ ਕੋਈ ਇਦਾਂ ਦਾ ਫੰਡਰੇਜ਼ਿੰਗ ਇਵੈਂਟ ਦੇਖਾ ਹੋਵੇ ਜਿਦੇ ਜਿਹੜੇ ਪ੍ਰੈਜ਼ੈਂਟ ਲੋਕੀ ਨੇ ਉਹਨਾਂ ਦੀ ਨੈਟਵਰਥ 17 ਬਿਲੀਅਨ ਪਾਉਂਡ ਹੋਵੇ ਜੀ ਮਿਲੀਅਨ ਨਹੀਂ ਬੀ ਨਾਲ ਬਿਲੀਅਨ ਵਾਓ ਤੇ ਉਹਨਾਂ ਦੇ ਵਿੱਚੋਂ ਐਕਚੁਅਲੀ ਮਿਸਟਰ ਲక్ష్ਮੀ ਮਿੱਤਲ ਹੀ ਵਾਸ ਵਨ ਆਫ ਥਮ ਉਹਨਾਂ ਨੂੰ ਵੀ ਅਵਾਰਡ ਮਿਲਿਆ ਤੇ ਹੋਰ ਪ੍ਰੋਮਿਨੈਂਟ ਹਸਤੀਆਂ ਨੂੰ ਵੀ ਅਵਾਰਡ ਮਿਲੇ ਆ ਮਿਸਟਰ ਤੁਲੀ ਸੀਗੇ ਅੱਛਾ ਜੀ ਤੇ ਜਿਨ੍ਹਾਂ ਨੇ ਉਹ ਟੈਬਲੇਟ ਜੀ ਜੀ ਤੇ ਟੈਬਲੇਟ ਬਣਾਇਆ ਤੇ ਪਲੱਸ ਬੀਬੀ ਡਾਕਟਰ ਇੰਦਰਜੀਤ ਕੌਰ ਪਿੰਗਲਵਾੜੇ ਵਾਲੇ ਉਹ ਵੀ ਮੌਜੂਦ ਸਨ ਰਾਈਟ ਇਸ ਤੋਂ ਬਿਨਾ ਬੜੂ ਸਾਹਿਬ ਵਾਲੇ ਤੇ ਹੋਰ ਕਾਫੀ ਬਿਜ਼ਨਸ ਦੇ ਵਿੱਚੋਂ ਵੀ ਪ੍ਰੋਮਿਨੈਂਟ ਜਿਹੜੀ ਮੇਰੀ ਕੈਟਾਗਰੀ ਸੀਗੀ ਉਹ ਸੀਗੀ ਪ੍ਰੋਫੈਸ਼ਨਲ ਕੈਟਾਗਰੀ ਓਕੇ ਉਹਦੇ ਚ 300 ਤੋਂ ਵੱਧ ਨੋਮੀਨੇਸ਼ਨਾਂ ਆਈਆਂ ਸੀਗੀਆਂ ਅੱਛਾ ਜੀ ਉਹਨਾਂ ਨੇ ਉਹਨਾਂ ਦੇ ਵਿੱਚੋਂ ਤਿੰਨ ਨੋਮੀਨੇਸ਼ਨਸ ਨੂੰ ਪਿਕ ਕਰਕੇ ਫਾਈਨਲ ਚ ਇਨਕਲੂਡ ਕੀਤਾ ਸੀ ਤੇ ਇਹਨਾਂ ਦੇ ਵਿੱਚੋਂ ਫਿਰ ਦਾਸ ਨੂੰ ਮੌਕਾ ਮਿਲਿਆ ਤੇ ਇਹਨਾਂ ਦਾ ਐਕਚੁਅਲੀ ਮੈਂ ਇਹ ਕਹਣਾ ਚਾਹਣਾ ਕਿ ਜਿਹੜੇ ਸਿੱਖ ਨੇ ਜੀ ਇਹ ਤਕਰੀਬਨ 33 ਮਿਲੀਅਨ ਸਿੱਖ ਨੇ 166 ਦੇਸ਼ਾਂ ਦੇ ਵਿੱਚ ਰਹਿੰਦੇ ਨੇ ਰਾਈਟ ਜਿਹੜੀਆਂ ਅਕੰਪਲਿਸ਼ਮੈਂਟਸ ਸਿੱਖਾਂ ਦੀਆਂ ਨੇ ਸਾਰੇ ਬਾਕੀ ਕੌਮਾਂ ਨਾਲੋਂ ਜ਼ਿਆਦਾ ਨੇ ਸ਼ਾਇਦ ਆਪਾਂ ਕਦੇ ਫਿਊਚਰ ਦੇ ਵਿੱਚ ਵੀ ਇਹਨਾਂ ਦੇ ਟੌਪਿਕ ਦੇ ਉੱਤੇ ਗੱਲ ਕਰਾਂਗੇ ਜੀ ਤੇ ਪਰ ਮੈਂ ਇਹ ਸੋਚਦਾ ਕਿ ਉਹਨਾਂ ਨੇ ਫੇਰਲੀ ਆਪਣੀਆਂ ਕੰਪਲੀਸ਼ਮੈਂਟਸ ਵਗੈਰਾ ਸਾਰਿਆਂ ਦੀ ਇਕੱਠੀਆਂ ਕਰਕੇ ਉਹਨਾਂ ਨੂੰ ਦੇਖਿਆ ਤੇ ਈਵੈਲੂਏਟ ਕੀਤਾ ਐਂਡ ਉਹਦੇ ਵਿੱਚ ਜਿਹੜਾ ਤੁਹਾਨੂੰ ਇਹ ਆਨਰ ਮਿਲਿਆ ਉਸ ਦੇ ਵਿੱਚ ਤੁਸੀਂ ਉੱਥੇ ਕੰਪਲੀਸ਼ਮੈਂਟਸ ਜਿਹੜੀਆਂ ਸਿੱਖਾਂ ਦੀਆਂ ਹੈਗੀਆਂ ਨੇ ਉਹਦੇ ਬਾਰੇ ਵੀ ਜ਼ਿਕਰ ਕੀਤਾ ਸੀ ਜੋ ਮੈਂ ਚਾਹਾਂਗਾ ਬਰੀਫਲੀ ਜੇਕਰ ਉਸ ਦੇ ਉੱਤੇ ਅਸੀਂ ਗੱਲ ਕਰ ਚੱਕੀਏ ਕਿ ਜਦੋਂ ਜਿੱਥੇ ਤੁਹਾਡੀਆਂ ਪਰਸਨਲ ਅਚੀਵਮੈਂਟਸ ਦੇ ਕਾਰਨ ਤੁਹਾਨੂੰ ਇਹ ਨਾਮਿਨੇਟ ਕੀਤਾ ਗਿਆ ਤੇ ਤੁਸੀਂ ਜੇਤੂ ਰਹੇ ਪਰ ਜਦੋਂ ਅਚੀਵਮੈਂਟਸ ਔਨ ਦਾ ਓਵਰਾਲ ਅਸੀਂ ਗੱਲ ਕਰਦੇ ਹੈਗੇ ਆਂ ਕਮਿਊਨਿਟੀ ਦੀ ਸਿੱਖਾਂ ਦੀ ਖਾਸ ਤੌਰ ਤੇ ਉਹ ਕਿਹੜੀਆਂ-ਕਿਹੜੀਆਂ ਤੁਸੀਂ ਸਮਝਦੇ ਮੈਂ ਜਦੋਂ ਆਪਣੀ ਐਕ ਦੇ ਰਹੇ ਆ ਤਾਂ ਸਿੱਖਾਂ ਦੀ ਬੜੀ ਕੰਟਰੀਬਿਊਸ਼ਨ ਹੈ ਦੁਨੀਆਂ ਦੇ ਵਿੱਚ ਜਿਹੜੀ ਕਿ ਦੁਨੀਆਂ ਦੇ ਵਿੱਚ ਸਾਡੀ ਆਪਣੀ ਕਮੀ ਕਰਕੇ ਵਾਂਝੇ ਰਹਿ ਜਾਂਦੇ ਆ ਅਸੀਂ ਅਸੀਂ ਉਹਨਾਂ ਨੂੰ ਹਾਈਲਾਈਟ ਨਹੀਂ ਕਰ पाए ਤੁਸੀਂ ਅੱਜ ਵੀ ਗੂਗਲ ਤੇ ਸਰਚ ਕਰੋ ਕਿ ਅਸ ਕੰਪਲਿਸ਼ਮੈਂਟ ਸਿੱਖਾਂ ਦੀ ਕੀ ਨੇ ਤੁਹਾਨੂੰ ਕੋਈ ਇਦਾਂ ਦੀ ਲਿਸਟ ਨਹੀਂ ਮਿਲਦੀ ਜਿੱਥੇ ਸਾਰੀਆਂ ਕੰਪਲਿਸ਼ਮੈਂਟਾਂ ਗਿਣੀਆਂ ਜਾਣ ਉਦਾਹਰਨ ਦੇ ਤੌਰ ਤੇ ਜਿਹੜੀ ਯੂਐਸ ਕਾਂਗਰੈਸ ਹੈਗੀ ਇਹਨਾਂ ਦੇ ਵਿੱਚ ਇੱਕ ਕਾਂਗਰੈਸ਼ਨਲ ਰਿਪੋਰਟ ਪੇਸ਼ ਕੀਤੀ ਗਈ ਸੀ ਕੁਝ ਸਾਲ ਪਹਿਲਾਂ ਉਹਦੇ ਵਿੱਚ ਆਇਆ ਸੀ ਕਿ ਸਿੱਖਾਂ ਦੀਆਂ ਵਰਲਡ ਦੇ ਵਿੱਚ ਨਾਰਥ ਅਮਰੀਕਾ ਦੇ ਵਿੱਚ ਹਾਈਐਸਟ ਪਰ ਕੈਪੀਟਾ ਇਨਕਮ ਹੈ ਹਾਈਐਸਟ ਐਜੂਕੇਸ਼ਨ ਲੈਵਲ ਹੈ ਹਾਈਐਸਟ ਲੈਂਡ ਹੋਲਡਿੰਗ ਹੈ ਇਸੇ ਤਰ੍ਹਾਂ ਯੂਕੇ ਦੇ ਵਿੱਚ ਸੈਕੰਡ ਵੈਲਥੀਐਸਟ ਜਿਹੜੀ ਕਮਿਊਨਿਟੀ ਹੈ ਉਹ ਸਿੱਖ ਨੇ ਨੈਕਸਟ ਟੂ ਜੂਜ਼ ਓਕੇ ਸਿੱਖ ਜਿਹਨੇ ਸਿੱਖ ਯੂਕੇ ਚ ਰਹਿੰਦੇ ਨੇ ਉਹ 82% ਸਿੱਖ ਉਹਨਾਂ ਦੇ ਵਿੱਚੋਂ ਘਰ ਓਨ ਕਰਦੇ ਨੇ which is the highest proportion amongst any community ਰਾਈਟ ਇਸ ਤੋਂ ਬਿਨਾ ਜਿਹੜਾ ਸਿੱਖਾਂ ਦੀ ਪੋਪੂਲੇਸ਼ਨ ਕਿਉਂਕਿ ਅਸੀਂ ਪੰਜਾਬ ਤੋਂ ਸਾਰੇ ਪੋਪੂਲੇਸ਼ਨ ਸਿੱਖਾਂ ਦੀ ਤਕਰੀਬਨ 2% ਜਾਂ ja 2% ਤੋਂ ਥੋੜੀ ਜਿਹੀ ਘੱਟ ਹੈ ਰਾਈਟ ਪਰ ਜਿਹੜੀਆਂ ਸਾਡੀਆਂ ਇੰਡੀਆ ਦੇ ਵਿੱਚ ਅਕਾਮਪਲਿਸ਼ਮੈਂਟਸ ਨੇ ਅਸੀਂ ਉਹਨਾਂ ਨੂੰ ਵੀ ਪ੍ਰੋਪਰਲੀ ਹਾਈਲਾਈਟ ਨਹੀਂ ਕਰ ਸਕੇ 70% ਪੰਜਾਬ ਫੂਡ ਪ੍ਰੋਡਿਊਸ ਕਰਦਾ ਹੈ 33% ਜਿਹੜਾ ਇੰਡੀਆ ਦਾ ਇਨਕਮ ਟੈਕਸ ਹੈ ਉਹ ਸਿੱਖਾ ਤੋਂ ਜਾ ਰਿਹਾ ਤੇ ਇਸ ਤੋਂ ਇਲਾਵਾ ਸਿੱਖਤ ਹੋ ਜਾ ਪੰਜਾਬੀਆਂ ਤੋਂ ਆਈ ਵੁੱਡ ਸੇ ਤੇ ਇਸ ਤੋਂ ਇਲਾਵਾ ਜਿਹੜਾ 올림픽ਸ ਟੀਮ ਹੁੰਦੀਆਂ ਸੀਗੀਆਂ ਪੁਰਾਣੀਆਂ ਉਹਨਾਂ ਚ 75% ਦੇ ਕਰੀਬ ਪੰਜਾਬੀ ਖਿਡਾਰੀ ਹੁੰਦੇ ਸੀਗੇ ਤੇ 올림픽 ਟੀਮ ਦੀ ਸਾਰੀ ਯੂਨੀਫਾਰਮ ਹੈ ਜਿਹੜੀ ਉਹਦੇ ਚ ਸਾਰਿਆਂ ਨੂੰ ਪੱਗ ਦਸਤਾਰ ਬੰਨੀ ਪੈਂਦੀ ਹੈ ਤੇ ਇਸ ਤੋਂ ਇਲਾਵਾ ਜਿਹੜੀਆਂ ਯੂਕੇ ਦੇ ਵਿੱਚ ਜਦੋਂ ਫਸਟ ਵਰਲਡ ਵਾਰ ਸੀਗੀ ਜੀ ਤਾਂ ਬਾਈਆਂ ਦੇ ਵਿੱਚੋਂ 14 ਜਿਹੜੇ ਵਿਕਟੋਰੀਆ ਕਰਾਸਸ ਮਿਲੇ ਨੇ ਉਹ ਸਿੱਖਾਂ ਨੂੰ ਮਿਲੇ ਨੇ ਸੈਕੰਡ ਵਰਲਡ ਵਾਰ ਦੇ ਵਿੱਚ 6 ਸਿੱਖਾਂ ਦੀਆਂ ਬਟਾਲੀਅਨ ਉੱਥੇ ਯੂਜ਼ ਕੀਤੀਆਂ ਗਈਆਂ ਤੇ ਉਹਨਾਂ ਦੇ ਵਿੱਚੋਂ 27 ਜਿਹੜੇ ਹਾਈਐਸਟ ਅਵਾਰਡ ਸੀਗੇ ਉਹ ਸਿੱਖਾਂ ਨੂੰ ਮਿਲੇ ਵੰਡਰਫੁਲ ਇਸ ਤੋਂ ਇਲਾਵਾ 83000 ਦੇ ਕਰੀਬ ਸਿੱਖ ਦਸਤਾਰਧਾਰੀ ਸਿੱਖ ਉਹਨਾਂ ਲੜਾਈਆਂ ਦੇ ਵਿੱਚ ਇੰਗਲੈਂਡ ਨੂੰ ਤੇ ਦੁਨੀਆ ਨੂੰ ਆਜ਼ਾਦੀ ਦਿਵਾਉਣ ਦੇ ਲਈ ਉਹਨਾਂ ਦੀ ਮੌਤ ਹੋਈ ਤੇ 109000 ਨੇ ਜ਼ਖਮੀ ਹੋਏ ਸੋ ਇਦਾਂ ਦੀ ਜਿਹੜੀ ਅਕੰਪਲਿਸ਼ਮੈਂਟਸ ਨੇ ਇਹ ਪ੍ਰੋਪਰਲੀ ਸਾਨੂੰ ਕਦੇ ਹਾਈਲਾਈਟ ਕਰਨ ਦਾ ਮੌਕਾ ਨਹੀਂ ਮਿਲਿਆ ਸੋ ਮੈਂ ਉੱਥੇ ਥੋੜੀ-ਬਹੁਤੀ ਹਾਈਲਾਈਟ ਕਰਕੇ ਇਹ ਸਿੱਖਾਂ ਨੂੰ ਚੈਲੰਜ ਵੀ ਕੀਤੇ ਨੇ ਕੁਝ ਤੇ ਮੇਰੇ ਖਿਆਲ ਸ਼ਾਇਦ ਤੁਸੀਂ ਉਹਨਾਂ ਬਾਰੇ ਵੀ ਗੱਲ ਕਰਨੀ ਚਾਹੋਗੇ ਜੀ ਪਰ ਜਿਹੜੀਆਂ ਅਕੰਪਲਿਸ਼ਮੈਂਟਸ ਨੇ ਇਸ ਤੋਂ ਬਿਨਾ ਹੋਰ ਵੀ ਬੜੀਆਂ ਅਕੰਪਲਿਸ਼ਮੈਂਟਸ ਨੇ ਮੈਂ ਤਾਂ ਇਹ ਵੀ ਕਹਿਣਾ ਕਿ 33 ਮਿਲੀਅਨ ਸਿੱਖ 161 ਦੇਸ਼ਾਂ ਦੇ ਜਿਹੜੇ ਰਹਿੰਦੇ ਨੇ ਉਹ ਸਾਰੇ ਹੀ ਅਕੰਪਲਿਸ਼ਮੈਂਟ ਨਾਲ ਭਰੇ ਪਏ ਨੇ ਐਬਸੋਲੂਟਲੀ ਬਹੁਤ ਖੂਬ ਜਿਹੜਾ ਤੁਸੀਂ ਇਹ ਇਸ਼ੂ ਨੂੰ ਉੱਥੇ ਰੇਜ਼ ਕੀਤਾ ਕਿਉਂਕਿ ਇਹਦੀ ਜ਼ਰੂਰਤ ਹੈਗੀ ਹੁਣ ਜਿਸ ਤਰ੍ਹਾਂ ਥੋੜੀ ਜੀ ਗੱਲਬਾਤ ਕਰੀਏ ਪੋਲਿਟਿਕਸ ਤੋਂ ਹਟ ਕੇ ਪੋਲਿਟਿਕਸ ਵਿੱਚ ਤੁਸੀਂ ਜਿਹੜਾ ਆਪਣਾ ਨਾਮ ਕਮਾਇਆ ਹੁਣ ਤੁਸੀਂ ਇਹਨਾਂ ਪੱਖਾਂ ਨੂੰ ਅੱਗੇ ਲੈ ਕੇ ਆ ਰਹੇ ਹੈਗੇ ਹੋ ਫਿਊਚਰ ਪਲਾਨਸ ਕੀ ਹੈਗੇ ਨੇ ਕਿਸ ਤਰੀਕੇ ਨਾਲ ਤੁਸੀਂ ਹੋਰ ਇਹ ਇਸ਼ੂਜ਼ ਨੂੰ ਖਾਸ ਤੌਰ ਤੇ ਜਿਹੜੀ ਤੁਹਾਨੂੰ ਹੁਣ ਡਿਗਰੀ ਵੀ ਮਿਲੀ ਹੈ ਤੇ ਨਾਲ ਇਹ ਯੂਨੀਵਰਸਿਟੀ ਦੀ ਤੁਸੀਂ ਗੱਲ ਕੀਤੀ ਹੈ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਅਸੀਂ ਗੁਰਮੰਦ ਗਰੇਵਾਲ ਤੋਂ ਕੀ ਆਸ ਕਰ ਸਕਦੇ ਹੈਗੇ ਆ ਖੈਰ ਆਉਣ ਵਾਲਾ ਸਮਾਂ ਦਾ ਅਨੁਮਾਨ ਗਨ ਪ੍ਰਡਿਕਟ ਜੀ ਮੈਂ ਆਪਣੇ ਵੱਲੋਂ ਜਿਹੜੀ ਤੁਛ ਜੀ ਮੇਰੀ ਕੋਸ਼ਿਸ਼ ਹੈ ਉਹ ਜਾਰੀ ਰੱਖੂੰਗਾ ਮੈਂ ਕਮਿਊਨਿਟੀ ਦੇ ਵਿੱਚ ਇਨਵੋਲਡ ਜਿੱਥੇ ਤੱਕ ਮੈਂ ਅਫੋਰਡ ਕਰ ਸਕਦਾ ਉੱਥੇ ਤੱਕ ਰਹਿਣਾ ਰਾਈਟ ਕਈ ਵਾਰ ਇਹ ਤਾਂ ਹੁੰਦਾ ਕਿ ਜਿਆਦਾ ਰੌਲਾ ਪਾਉਣ ਦੀ ਲੋੜ ਨਹੀਂ ਚੁੱਪਚਾਪੇ ਵੀ ਕੰਮ ਕਰੀ ਚੱਲੋ ਤੇ ਜਾਂ ਜਿੱਥੇ ਵੀ ਤੁਹਾਨੂੰ ਜਿਸ ਤਰ੍ਹਾਂ ਦਾ ਮੌਕਾ ਮਿਲਦਾ ਕੰਮ ਕਰੋ ਚਾਹੇ ਉਹ ਪੋਲਿਟੀਕਲ ਫੀਲਡ ਦੇ ਵਿੱਚ ਹੈ ਚਾਹੇ ਉਹ ਐਜੂਕੇਸ਼ਨ ਦੇ ਵਿੱਚ ਹੈ ਚਾਹੇ ਹੋਰ ਵੀ ਕਿਸੇ ਰੂਪਰੇਖਾ ਦੇ ਵਿੱਚ ਹੈ ਡਿਪਲੋਮੇਸੀ ਦੇ ਵਿੱਚ ਹੈ ਜਾਂ ਅਦਰਵਾਈਜ਼ ਆ ਵਿਲ ਟ੍ਰਾਈ ਮਾਈ ਬੈਸਟ ਬਹੁਤ ਖੂਬ ਜੀ ਸ਼ੁਭ ਕਾਮਨਾਵਾਂ ਹੈ ਕਿ ਤੁਸੀਂ ਜਿਸ ਨੇਕ ਇਰਾਦੇ ਨਾਲ ਕੰਮ ਕਰ ਰਹੇ ਹੋ ਕਮਿਊਨਿਟੀ ਦਾ ਨਾਮ ਰੌਸ਼ਨ ਕਰ ਰਹੇ ਹੋ اسی ਤਰੀਕੇ ਨਾਲ ਕਰਦੇ ਰਹੋ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ